ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਸੁੱਖਾ ਕਾਲਵਾ ਦੇ ਜਾਣ ਤੋਂ ਬਾਅਦ ਵੀ ਉਸਦੀ ਫੈਨ ਫੋਲੋਇੰਗ ਘੱਟ ਨਹੀਂ ਹੋਈ। ਸੋਸ਼ਲ ਮੀਡੀਆ ਤੇ ਲੱਖਾਂ ਫਾਲੋਅਰਸ ਦੇ ਨਾਲ ਸੁੱਖਾ ਕਾਲੋ ਗਰੁੱਪ ਦੀ ਇੱਕ ਅਲੱਗ ਪਛਾਣ ਹੈ। ਪਰ ਇਹ ਕਿ ਸੁੱਖਾ ਕਾਲੋ ਤੋਂ ਵੀ ਅੱਗੇ ਵੱਧ ਗਿਆ ਸੁੱਖਾ ਕਾਲੋ ਦਾ ਫੈਨ। ਦੂਸਰੇ ਨੰਬਰ ਤੇ ਕਾਲੇ ਰੰਗ ਦੀ ਜੈਕਟ ਪਾ ਕੇ ਬੈਠੇ ਇਸ ਸ਼ਖਸ ਦਾ ਨਾਮ ਜਸਕਰਨ ਹੈ। ਜਸਕਰਨ ਨੇ ਹੁਣੇ ਹੀ 18ਵਾਂ ਸਾਲ ਪਾਰ ਕੀਤਾ ਤੇ ਇਸ ਉਮਰ ਦੇ ਵਿੱਚ ਹੀ ਉਸਦੇ ਖਿਲਾਫ ਹੋ ਗਏ 17 ਮੁਕੱਦਮੇ ਦਰਜ, ਕਿਉਂਕਿ ਉਸਦੇ ਉੱਤੇ ਇੱਕ ਜਨੂਨ ਸਵਾਰ ਸੀ। ਉਹ ਸੁੱਖਾ ਕਾਲਵਾ ਬਣਨਾ ਚਾਹੁੰਦਾ ਸੀ। ਇੰਨੀ ਛੋਟੀ ਉਮਰ 'ਚ ਤਾਂ ਸੁੱਖਾ ਕਾਲਵਾ ਨੇ ਵੀ ਉਹ ਕੰਮ ਨਹੀਂ ਸੀ ਕੀਤੇ ਜਿਹੜੇ ਕਿ ਜਸਕਰਨ ਨੇ ਕਰ ਦਿੱਤਾ। ਛੋਟੀ ਉਮਰ 'ਚ ਹੀ ਇਹ ਸ਼ਖਸ ਜੇਲ੍ਹ ਤੋਂ ਭੱਜ ਗਿਆ, ਇਸ ਤੋਂ ਬਾਅਦ ਬਣਾ ਲਿਆ ਆਪਣਾ ਗੈਂਗ। ਹੈਰਾਨੀ ਦੀ ਗੱਲ ਹੈ ਕਿ 19 ਸਾਲ ਦਾ ਇਹ ਸ਼ਖਸ ਇਸ ਗੈਂਗ ਦਾ ਮੁਖੀਆ ਬਣ ਬੈਠਾ ਸੀ। ਉਸ ਗੈਂਗ ਕੋਲੋਂ ਇੱਕੋ ਗੱਡੀ 'ਚ 10 ਹਥਿਆਰ ਬਰਾਮਦ ਹੋਏ। ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਇਹ ਜਸਕਰਨ ਹੈ। ਜਸਕਰਨ ਨੇ ਛੋਟੀ ਉਮਰ 'ਚ ਇਹ ਕੰਮ ਕਿਉਂ ਕੀਤੇ, ਤੁਸੀਂ ਆਪ ਹੀ ਸੁਣੋ SSP ਦੇਹਾਤ ਨਵਜੋਤ ਸਿੰਘ ਮਾਲ ਦੀ ਜ਼ੁਬਾਨੀ। ਵੱਡੀ ਵਾਰਦਾਤ ਤੁਹਾਨੂੰ ਅਸੀਂ ਇਹਨਾਂ ਦਾ ਰਿਮਾਂਡ ਲਿਆ, ਪੁੱਛਗਿੱਛ ਕਰਾਂਗੇ। ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਜਿਹੜਾ 19 ਸਾਲਾਂ ਦਾ ਇਹਨਾਂ ਦਾ ਸਰਗਰਨਾ ਹੈ ਜਸਕਰਨ, ਅਤੇ ਉਸਦੇ ਖਿਲਾਫ਼ ਹੁਣ ਤੱਕ ਆਲਰੇਡੀ 17 ਕੇਸਿਸ ਰਜਿਸਟਰ ਹੋ ਚੁੱਕੇ ਨੇ, ਅਤੇ ਉਹ ਜੁਵੇਨਾਈਲ ਜੇਲ੍ਹ 'ਚੋਂ ਦੌੜਿਆ ਹੋਇਆ SKP ਹੈ। ਅਤੇ ਇਹ ਵੱਡੀ ਵਾਰਦਾਤ, ਅਤੇ ਇਹਨਾਂ ਦੇ ਡੈਫੀਨੇਟਲੀ 10 ਜਿਹੜੇ ਇਹਨਾਂ ਕੋਲੋਂ ਅਸਲੇ ਸਾਨੂੰ ਫੜੇ ਗਏ ਨੇ, ਇਹ ਕਿਸੇ ਨਾ ਕਿਸੇ ਵਾਰਦਾਤ 'ਚ ਇਹਨਾਂ ਯੂਜ਼ ਕਰਦੇ ਸੀਗੇ। ਕੋਈ ਕਤਲ ਦਾ ਮਾਮਲਾ ਵੀ ਹੈ ਇਹਦੇ ਖਿਲਾਫ਼? ਜਸਕਰਨ ਦੇ ਖਿਲਾਫ਼ 1302 ਦਾ ਮੁਕੱਦਮਾ ਨਵਾਂ ਸ਼ਹਿਰ ਦੇ ਵਿੱਚ ਰਜਿਸਟਰਡ ਹੈਗਾ। ਨਹੀਂ, ਉਹਨਾਂ ਦੀ ਹੁਣ ਪੁੱਛਗਿੱਛ ਕਰਾਂਗੇ। ਉਹ ਜਿਹੜੇ ਅਸੀਂ ਅਰੈਸਟ ਕੀਤੇ ਉਹਨਾਂ ਦੇ ਵਿੱਚੋਂ 2 ਨਹੀਂ ਹੈਗੇ। ਆਪਣਾ ਹੀ ਗੈਂਗ ਹੀ ਬਣਾ ਰਿਹਾ ਸੀਗਾ ਆਲਰੇਡੀ, ਕਿਉਂਕਿ ਇਹਦੇ ਖਿਲਾਫ 17 ਮੁਕੱਦਮੇ ਦਰਜ ਨੇ। ਇਹ ਯੂਜ਼ ਟੂ ਹੋਇਆ ਪਿਆ ਲੜਾਈ ਝਗੜੇ ਕਰਨ ਦਾ, ਗੈਂਗਸ ਬਣਾਉਣ ਦਾ, ਐਂਡ ਆਪਣੇ ਆਪ ਨੂੰ ਇਹ ਸੁੱਖਾ ਕਾਲਵਾ ਜਿਹੜਾ ਪਿੱਛੇ ਮਰਿਆ, ਇਹ ਆਪਣੇ ਆਪ ਨੂੰ ਉਸ ਤੋਂ ਵੱਡਾ ਗੈਂਗਸਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਨਹੀਂ, ਬਾਕੀ ਠੀਕ ਉਮਰ ਦੇ ਨੇ, ਬਾਕੀ ਹੈ ਸਾਰੇ ਯੰਗਸਟਰਸ ਹੀ ਨੇ, 30 ਸਾਲ ਤੋਂ ਥੱਲੇ ਥੱਲੇ ਨੇ, ਬਟ ਇਹ ਸਭ ਤੋਂ ਛੋਟਾ ਇਹੀ ਮੁੰਡਾ। ਥੈਂਕ ਯੂ।